ਚੱਲ ਜਾ ਸਿਮ ਇਹ ਕਿ ਤੁਹਾਨੂੰ ਨਹੀਂ ਪਤਾ ਵੀ 2 ਅਪ੍ਰੈਲ ਓਏ ਇੱਥੇ ਪਨੀਰ ਪਿਆ ਪਪਾਈਆ ਪਨੀਰ ਲੈ ਲਈ ਅੰਦਾ ਕਿਲੋ ਵੀ ਸਾਡੇ ਬਲੌਗ ਡੇਲੀ ਨਹੀਂ ਆਉਂਦੇ ਤੇ ਘੱਟ ਕਿਉਂ ਚੱਲਦੇ ਨੇ ਛੋਲੇ ਕੱਚੇ ਕਿਉਂਕਿ ਅਜੇ ਛੋਲੇ ਕੱਚੇ ਨੇ ਕਰਛੀ ਮਾਰ ਕੇ ਦੇਖ ਕੇ ਆਇਆ ਘਰੇ ਤਾਂ ਪਿੱਟ ਤੇ ਆਪਾਂ ਬਹੁਤ ਪੈਣਾ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਨਵੇਂ ਬਲੌਗ ਦੇ ਵਿੱਚ ਬਲੌਗ ਦੇਖਣ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਤੇ ਲਾਈਕ ਜ਼ਰੂਰ ਕਰੋ ਤਾਂ ਕਿ ਮੈਨੂੰ ਥੋੜ੍ਹੀ ਜਿਹੀ ਮੋਟੀਵੇਸ਼ਨ ਮਿਲਦੀ ਰਹੇ ਨਵੇਂ ਨਵੇਂ ਬਲੌਗ ਲੈ ਕੇ ਆਵਾਂ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਉਹ ਮੇਰਾ ਬਲੌਗ ਦੇਖਦੇ ਨੇ ਫਿਰ ਉਹਨਾਂ ਨੂੰ ਅੱਗੇ ਤੋਂ ਮੇਰੇ ਬਲੌਗ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਕਰਕੇ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ ਅੱਜ ਆਪਾਂ ਚੱਲੇ ਹਾਂ ਜੀ ਇੱਕ ਜਲਦੀ ਜਲਦੀ ਵਾਲਾ ਛੋਟਾ ਜਿਹਾ ਟੂਰ ਕੱਢਣ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇੱਕ ਮੈਂਬਰ ਘੱਟ ਹੈ ਜਿਹੜਾ ਹਮੇਸ਼ਾ ਹੁੰਦਾ ਗੁਰਮਨ ਸਿੰਘ ਤੇ ਉਹ ਅੱਜ ਸਕੂਲ ਗਿਆ ਹੋਇਆ ਤੇ ਅਸੀਂ ਸਕੂਲ ਉਹਨੂੰ ਜਿੱਦਾਂ ਹੀ ਬੈਨ ਆ ਗਈ ਉਸ ਤੋਂ ਬਾਅਦ ਆਪਣਾ ਤਿਆਰ ਹੋ ਕੇ ਲੰਘੇ ਆਏ ਅਸੀਂ ਚੱਲੇ ਹਾਂ ਖਰੜ ਮਤਲਬ ਮੋਹਾਲੀ ਮਾਲ ਦੇ ਵਿੱਚ ਉੱਥੇ ਇੱਕ ਦੋ ਚੀਜ਼ਾਂ ਲੈਣੀਆਂ ਜ਼ਰੂਰੀ ਤੇ ਉਹਨੂੰ ਅੱਜ ਬਿਨਾਂ ਦੱਸੇ ਹੀ ਚੱਲੇ ਹਾਂ ਤੇ ਅਸੀਂ ਸੋਚਿਆ ਚੱਲ ਉਹਦੀ ਛੁੱਟੀ ਤੱਕ ਵਾਪਸ ਆ ਜਾਵਾਂਗੇ ਚਲੋ ਕਰਦੇ ਹਾਂ ਗੱਲਾਂ ਨਾਲ ਨਾਲ ਤੇ ਪਹੁੰਚ ਕੇ ਫਿਰ ਉੱਥੇ ਮਾਲ 'ਚ ਕਰਦੇ ਹਾਂ ਗੱਲਾਂ ਤੇ ਅੱਜ ਹੋ ਗਈ ਤਰੀਕ 28 ਤੇ ਦਿਨ ਹੈਗਾ ਹੈ ਸੋਮਵਾਰ ਤੇ ਜਿਵੇਂ ਕਿ ਤੁਹਾਨੂੰ ਨਹੀਂ ਪਤਾ ਵੀ 2 ਅਪ੍ਰੈਲ ਨੂੰ ਗੁਰਮਨ ਦਾ ਬਰਥਡੇ ਹੁੰਦਾ ਨਹੀਂ ਪਤਾ ਤੁਹਾਨੂੰ ਤਾਂ ਹੀ ਦੱਸ ਰਿਹਾ ਮੈਂ ਹਾਂ ਜ਼ਿਆਦਾਤਰ ਪਤਾ ਹੈ ਦੇਖਣ ਵਾਲਿਆਂ ਨੂੰ ਤੇ ਕਾਫੀਆਂ ਨੂੰ ਨਹੀਂ ਵੀ ਪਤਾ ਹੋਣਾ ਤੇ 2 ਤਰੀਕ ਨੂੰ ਆਪਾਂ ਗੁਰਮਨ ਦਾ ਬਰਥਡੇ ਸੈਲੀਬ੍ਰੇਟ ਕਰਨਾ ਤੇ ਉਹਦਾ ਵੀ ਵਲੌਗ ਆਪਾਂ ਵਧੀਆ ਬਣਾਵਾਂਗੇ ਤਾਂ ਮੇਰੇ ਨਾਲ ਹੁਣ ਜੁੜੇ ਰਹੋ ਅੱਗੇ ਅੱਗੇ ਵਲੌਗ ਵਧੀਆ ਆਉਣ ਵਾਲੇ ਨੇ 3-4 ਕੁ ਜ਼ਿਆਦਾ ਨਹੀਂ ਲਗਾਤਾਰ ਨਹੀਂ ਆਉਂਦੇ ਕਿਉਂਕਿ ਕੰਮਾਂ ਕਾਰਾਂ ਦੇ ਵਿੱਚ ਲਗਾਤਾਰ ਬਣਦੇ ਨਹੀਂ ਹੈਗੇ ਵਲੌਗ ਤੇ ਤਾਂ ਕਰਕੇ ਮੈਂ ਥੋੜ੍ਹੀ ਦੇਰ ਬਾਅਦ ਪਾਉਂਦਾ ਹੁੰਦਾ ਵਲੌਗ ਅਸੀਂ ਨਿਕਲ ਤਾਂ ਗਏ ਹਾਂ ਹਜੇ 10-20 ਬੱਚੇ ਨਹੀਂ ਹੈਗੇ ਤੇ ਮੈਨੂੰ ਨਹੀਂ ਲੱਗਦਾ ਹਜੇ ਮਾਲ ਮਤਲਬ ਸਟੋਰ ਖੁੱਲ੍ਹੇ ਹੋਣਗੇ ਸ਼ਾਇਦ ਮੈਨੂੰ ਲੱਗਦਾ ਪਹਿਲੇ ਅਸੀਂ ਉਹ ਹੋਵਾਂਗੇ ਤੇ ਚਲੋ ਦੇਖਦੇ ਹਾਂ ਜਾ ਕੇ ਵੀ ਕੀ ਬਣਦਾ ਹੈ ਬਣਨ ਦਿੰਦੇ ਵੀ ਨੇ ਹਜੇ ਕਿ ਨਹੀਂ ਬਾਕੀ ਅਸੀਂ ਇੱਕ ਤੱਤ ਕੱਢਿਆ ਹਾਂ 1.5-2 ਸਾਲ ਦੇ ਵਿੱਚ 1.5 ਸਾਲ 'ਚ ਜਦੋਂ ਦੇ ਵਲੌਗਿੰਗ ਸ਼ੁਰੂ ਕੀਤੀ ਹੈ ਵੀ ਸਾਡੇ ਵਲੌਗ ਡੇਲੀ ਨਹੀਂ ਆਉਂਦੇ ਅਤੇ ਘੱਟ ਕਿਉਂ ਚੱਲਦੇ ਨੇ ਅਤੇ ਹੋਰਾਂ ਦੇ ਵਲੌਗ ਜ਼ਿਆਦਾ ਕਿਵੇਂ ਚੱਲਦੇ ਨੇ ਜਿਹੜੇ ਮਤਲਬ ਕਿ ਕਪਲ ਵਲੌਗ ਕਰਦੇ ਵਲੌਗਿੰਗ ਕਰਦੇ ਨੇ ਉਹ 'ਚ ਇਹੀ ਹੈ ਵੀ ਸਾਡਾ ਨਾਲ ਨਾ ਸਾਡੇ ਜਵਾਕ ਹੈ ਜਿਹੜਾ ਗੁਰਮਨ ਉਹਦੇ ਚੱਕਰ 'ਚ ਹੁਣ ਅਸੀਂ ਬਹੁਤ ਕੁਛ ਸਾਨੂੰ ਮਤਲਬ ਕਿ ਦੇਖਣਾ ਪੈਂਦਾ ਅਸੀਂ ਬਹੁਤਾ ਘੁੰਮ ਨਹੀਂ ਸਕਦੇ ਕਿਉਂਕਿ ਉਹਦੇ ਸਕੂਲ ਵੀ ਦੇਖਣਾ ਹੁੰਦਾ ਹੈ ਨਾ ਸਾਰਾ ਕੁਝ ਦੇਖਣਾ ਹੁੰਦਾ ਅਤੇ ਇਸੇ ਲਈ ਸਾਡੇ ਵਲੌਗ ਉਹਨੇ ਜ਼ਿਆਦਾ ਇੰਟਰਸਟਡ ਵੀ ਨਹੀਂ ਹੁੰਦੇ ਅਤੇ ਜ਼ਿਆਦਾ ਚੱਲਦੇ ਨਹੀਂ ਅਤੇ ਜ਼ਿਆਦਾ ਗਿਣਤੀ 'ਚ ਨਹੀਂ ਆਉਂਦੇ ਦੂਜਿਆਂ ਦੇ ਤਾਂ ਆ ਜਾਂਦੇ ਨੇ ਕਿਉਂਕਿ ਅਸੀਂ ਇਹੀ ਆਈਡੀਆ ਲਾਇਆ ਜਿੰਨੇ ਵੀ ਫੇਮਸ ਮਤਲਬ ਹੋਏ ਨੇ ਮਤਲਬ ਵਲੌਗ ਵਲੌਗਰ ਜਿਹੜੇ ਉਹ ਜਿਵੇਂ ਕਪਲ ਨੇ ਜਿਹੜੇ ਉਹ ਤਾਂ ਹੀ ਇੰਨੇ ਨੇ ਕਿਉਂਕਿ ਉਹ ਬੇਫਿਕਰ ਹੋ ਕੇ ਘੁੰਮਦੇ ਫਿਰਦੇ ਰਹਿੰਦੇ ਨੇ ਕੋਈ ਕਿਤੇ ਗਿਆ ਹੋਇਆ ਕੋਈ 15 ਦਿਨ ਲਈ ਗਿਆ ਹੋਇਆ ਕੋਈ ਮਹੀਨੇ ਲਈ ਗਿਆ ਹੋਇਆ ਉਹ ਇਸੇ ਲਈ ਕਿਉਂਕਿ ਉਹ ਸਿਰਫ 2 ਨੇ ਅਸੀਂ ਹੈਗੇ 3 ਜਣੇ ਸਾਨੂੰ 3 ਬੰਦੇ ਕਰਕੇ ਬਹੁਤ ਕੁਛ ਦੇਖਣਾ ਪੈਂਦਾ ਅਤੇ ਬਹੁਤ ਕੁਛ ਸੋਚਣਾ ਪੈਂਦਾ ਤਾਂ ਕਰਕੇ ਅਸੀਂ ਉਸ ਲੈਵਲ ਦੀ ਵਲੌਗਿੰਗ ਤੱਕ ਅਜੇ ਨਹੀਂ ਪਹੁੰਚੇ ਚਲੋ ਉਮੀਦ ਹੈਗਾ ਹੌਲੀ ਹੌਲੀ ਉਸ ਲਾਈਨ 'ਤੇ ਅਸੀਂ ਵੀ ਪਵਾਂਗੇ ਹੌਲੀ ਹੌਲੀ ਉਸ ਲੈਵਲ ਦੀ ਵਲੌਗਿੰਗ ਕਰਾਂਗੇ ਸਾਰਿਆਂ ਨੂੰ ਪਸੰਦ ਆਵੇ ਤੇ ਯਾਨੀ ਇਹੀ ਰੀਜ਼ਨ ਹੈ ਅਸੀਂ ਜੋ ਅਸੀਂ ਤੱਤ ਕੱਢ ਕੇ ਦੇਖਿਆ ਇਹਦਾ ਇਹੀ ਆ ਨਾ ਲਓ ਜੀ ਟੋਲ ਪਲਾਜ਼ਾ 1 ਕਿਲੋਮੀਟਰ ਉਹ ਸ਼ਿਟ ਪੈਸੇ ਤਾਂ ਐਡ ਹੀ ਨਹੀਂ ਕੀਤੇ ਪੇਟੀਐਮ 'ਚ ਕਿੰਨੀ ਦੇਰ ਹੋ ਗਈ ਕਦੇ ਹੁਣ ਟੋਲ ਹੀ ਨਹੀਂ ਕਟਾਇਆ ਚਲੋ ਪਹਿਲਾਂ ਐਡ ਕਰ ਲਈਏ ਪੈਸੇ ਲਓ ਜੀ ਵੈਲਟ ਦੇ ਵਿੱਚ ਐਡ ਕਰ ਲਏ ਅਸਲ 'ਚ ਹੁਣ ਕਿੰਨੀ ਦੇਰ ਹੋ ਗਈ ਸੀ ਕਦੇ ਕਟਵਾਇਆ ਹੀ ਨਹੀਂ ਹੈਗਾ ਇੱਧਰ ਨੂੰ ਦਿੱਲੀ ਗਏ ਆ ਮੇਨ ਚੀਜ਼ ਇਹੀ ਚੱਕਰ ਸੀਗੀ ਹੁਣ ਅੱਜ ਕਟਵਾਉਣਾ ਹੈ ਪਹਿਲਾਂ ਗਏ ਸੀਗੇ ਉਸ ਦਿਨ ਵੀ ਥੋੜ੍ਹੇ ਜਿਹੇ ਪਾਲੇ ਸੀਗੇ ਬਹੁਤੇ ਰੱਖੇ ਨਹੀਂ ਸੀਗੇ ਵੈਲਟ ਦੇ ਵਿੱਚ ਚਲੋ ਖੁੱਲ ਜਾ ਸਿਮ ਸਿਮ ਜਿੱਦਣ ਆਪਣੀ ਵਲੌਗਿੰਗ ਚੱਲਣ ਲੱਗ ਗਈ ਵਧੀਆ ਆਪਾਂ ਵੀ ਥਾਰ ਲੈ ਲੈਣੀ ਆ ਕਿਸ਼ਤਾਂ ਤੇ ਲੈ ਕੇ ਆਪਾਂ ਨਿਕਲ ਜਿਆ ਕਰਨਾ ਆਹ ਥਾਰ ਦਾ ਅੱਜ ਕੱਲ੍ਹ ਟ੍ਰੈਂਡ ਬਹੁਤ ਚੱਲਦਾ ਜਦ ਤੱਕ ਕੋਈ ਨਵਾਂ ਮਾਡਲ ਆ ਜਾਊ ਥਾਰ ਥੂਰ ਦਾ ਲਓ ਜੀ 10:16 ਤੇ ਅਸੀਂ ਮਾਲ ਆ ਗਏ ਤੇ ਅਜੇ ਤੱਕ ਤਾਂ ਖਾਲੀ ਹੋ ਆ ਕੋਈ ਨਹੀਂ ਹੈਗਾ ਟ੍ਰੈਫਿਕ ਟਰੂਫਿਕ ਨਹੀਂ ਤਾਂ ਇੱਥੇ ਬਹੁਤ ਹੁੰਦੀ ਆ ਟ੍ਰੈਫਿਕ ਆ ਹੈਗੀ ਐਂਟਰੀ ਆ ਹੈਗਾ VR ਪੰਜਾਬ
चलो अंदर जाके करते हैं गल्लां, डिग्गी डुग्गी चेक करवा के इहनूं। लो जी पार्किंग च आ गए ते हुण करदे आं अंदर जाके माड़ी मोटी वीडियो शूट ते निकलदे आं फिर टाइम नाल। लो जी अंदर जाके फिर अज करदे आं थोड़ी बहुती शॉपिंग नाल करदे आं, पेड़ पूजा कराएंगे अज यार, मॉल जाके तो करनी पैंदी है। लो जी सारा स्टोर खाली पिया, कहिंदे 11 बजे स्टोर खुलने ने, सारी टोटली खाली है टोटली। मनप्रीत कहिंदे गर्लफ्रेंड बॉयफ्रेंड घूमदे ने, सही गल है सारी है, जशक भाजी घूमन लगे हुए ने कोई फैमिली नहीं दिखती, कुदरती है साडे नाल जवाक भी नहीं, लोग सानू भी यही समझते होने हैं, पर असी इह जिहे नहीं हैगे, असी ब्याहे हुए हैं ऐसे तो असी खा के आए हैं रोटी, पर जिवें ना खाली पिया असी सोचे छोले भटूरे दे चक्के दिंदे आ, फटे छोले भटूरे दे, सारा खाली पिया, की कहनी आ छोले भटूरे खाली है, चल ऐ करदे इक प्लेट लै लैने इक इक भटूरा, कोई नहीं कैश चल जाना इत्थे जरूरी नहीं हैगा। ये कहिंदे 11 बजे खुलना हजे क्योंकि अजे छोले कच्चे ने, कड़छी मार के देख के आया, कहना सर अजे छोले बने नहीं, 11 क बजे लै लियो, भटूरिया का आटा गुन्या पिया जानी, पर छोले कच्चे रह गए, कहना वो करके अजे रुक जाओ कहना थोड़ी देर, तो फिर 11 क बजे मिलूगा ऑर्डर, रहन देंगे जानू तो स्टोर ही खुल जाने, स्टोर लैके कुछ समान फिर निकलेंगे घर। गुरमन नू बहुत लिया होंदे सी ना आपां उरे, मैं चिण चिण के लाइया इन्हों का, दोपहर तो बाद हाल देखी की होना, कोई इधर पई होंगी पुठी हुई हुई उधर कद कुछ पाया, लभदी भी नहीं होंगी हैगी, हाँ कोई उठे तो कुर्सी लीए, असी कुछ भी नहीं खुलिया है, वो इतने पनीर पे पपाइया पनीर ले ली अद्धा किलो, अज वैसे भी आप मटर पनीर बनाने से मम्मी कहने से पनीर ले आई, आ दे दौ जी अद्धा किलो। लाइफ स्टाइल ते इत्थी जांदियां ने सारियां जनानियां, मैं हिसाब ला लिया जा जाने सेंट्रल, कुड़ियां भी जनानियां कहता असी वो जुत्तियां वाले दे आए सीगे, पतंदरा ने सानू देख के शटर ला लिया, कहने अजे खुले ही नहीं है जी, इन्हों का रूल है 11 बजे तो पहला कस्टमर कोई अंदर नहीं वाड़ना, हाले जद ला लिया इन्होंने, कोई हजे भी 20 मिनट रेंदे ने, ते हुण देखदे आ सच्ची उपर जाके कुछ खावांगे, देखदे आ पिज़्ज़ा पूज़ा जे कोई खुला हैगा उही खा लांगे, भटूरिया ने तां 11 बजे खुलना ठीक है, होर की पता की कच्चे छोले सीगे तां करके नहीं मिले, नहीं तो हो सकता दे भी दिंदा, वह कहना भाजी छोले कच्चे ने भटूरिया का आटा गुन्या पिया, वह तो कहना मिंटो मिट्टी थप देने मैं, चलो कोई नहीं वो मजबूरी है बेचारे की जी, लातियां कुर्सियां चिण चिण के ते मिण मिण के, ते मैनू लगता ऑर्डर स्टार्ट हो गए ने क्योंकि इधर तीन चार कुर्सियां ते बह गए ने जोड़े अपना सज के, ते उधर एक बंदा पिज़्ज़ा भी खाई जांदा सीगा, चलो देखते हैं पुछते हैं किसी नूं, पता नहीं यार कद खुलना, हुण तां 11 भी बज गए अजे भी कोई स्टोरां दा तां पता है नहीं, पर तेरी डेडलाइन ये है भी तू 1 बजे इत्थों निकलना, हर हालत च मैनू नहीं पता किवें निकलना क्योंकि 2 बजे घर पहुँचना, 2:30 बजे उन्हें आ जाना, क्योंकि जे उन्हें पता लग गया भी कोई है नहीं घर तो पिट से आप बहुत पैना, होर की लो जी फाइनली स्टोर खुल चुके ने, तो हुण असीं जा रहे हैं थले नूं, छोले भटूरे वाले से छोले नहीं सारे जे पक्के तो की कर सकते हैं, चलो कोई नहीं आके देखांगे कुछ खाण पीण दा, लाइफ स्टाइल खुल गया उत्थे बहुत कुछ मिल जाना इहनूं, तो चलो उत्थे देखते हैं हुण की मिलता। लो जी हुण देखी जायो पहला स्टोर हाथ खाली कुछ नहीं लग्या हाथ, दूजा स्टोर हुण सेंट्रल दे जाना, चप्पल आई सी पसंद कहिंदी मेरा नंबर नहीं मिलिया पता नहीं, हुंदा ना हमेशा कुछ नहीं ड्रामे आ,
चलो अगले स्टोर से चलिए, मिलते हैं अगले स्टोर से जाके। लो ये अभी खुल गया, हैनिस एंड मॉरिस। नहीं पिछले साल वाली ही नहीं। लो जी आ पसंद आई है गुरमन लई, बड़ी जेंकी शर्ट लगी है। सारे कमेंट करके दस्सो किवें लगी। मैकां छड़दा ऊद अरेबिया। ऑलरेडी 12 बज चुके ने ते साडे को सिर्फ एक चीज़ आपां लई है हजे। तेरे को सिर्फ एक घंटा हूँ, जो मर्जी कर, कोई चीज़ लैनी है वह लै सकदी है, कोई खाना पीना वह लै सक खा सकदी है। ये तां अपसैट है, इनू कि चप्पल पसंद आ गई सी, उहदा साइज़ नहीं मिलिया। हुण जां तां चप्पल दे उपर अलग तो लवाउणा पैणा कुछ, जां इहदा पैर बढ़ना पैणा। बाटा दे भी कोई साइज़ नहीं आया, इसलिए बाटा को बोला टाटा। ठीक है, अब चलते हैं कहीं और। तेरा की बनूंगा, रोंदी कहते हैं। हुण देखते हैं बई वह दुकान जिहदे विच असीं सब तो पहलां वड़ गए सी, ते उहनां ने कहा सी नहीं वीरे हजे ना आओ, बंद है। देखते हैं खुली है कि नहीं। लो जी शॉपिंग शुपिंग करके हुण निकलिए खा के गोल गप्पे। तो एक प्लेट ऑर्डर की थी आपां छोले भटूरे की, वह आती है हजे, पहले इनू चकीए। जद ना वो छोले मतलब पक गए रिझ गए पूरे, उन्हें आपे आवाज़ मार ली, कहना आ जाओ भाई छोले हो गए, छोले भटूर का ऑर्डर दे दो। असी वो को ही ले छोले भटूरे तो वधिया बने हुए थे। लो जी निकल आए हूँ आप पार्किंग दे विच आ गए, तो हम चलते हैं घर न गड्डी च बह गल करते हैं। लो जी देख सकते हो तुम जो असं आए थे कोई नहीं सी और है ना, गड्डी टामी टामी जी खड़ी सी, हूँ देख लो आ जगह नहीं गड्डी खड़ाने, वो परले पासे जरूर खाली पे। चलो निकल के पर्ची पुर्ची कटा के एग्जिट से फिर थोड़े दिन करते हैं गल्ला बातें। चलो जी हुण चलदे आं घर नूं, हुण अगली वारी मिलांगे। लो जी निकल आए हैं, धुप पूरी गर्मी है बाहर, मौसम टैंपरेचर हैगा 29 डिग्री, ते अंदर तो चलो एसी चलता फिर भी सही है, बाहर बुरा हाल है, सेक मारदा पूरा। हुण करते हैं जी आपां अपने ब्लॉग दा एंड। आ देख लो लापरवाह जनानी, लापरवाह कुड़ी, इन्हें बेल्ट नहीं लाई सी, चलान कटाउणा सी है ना। तो मैं की कह रहा सी, हाँ आपां हुण ब्लॉग नूं आपां इत्थे एंड कर दिंदे आ, क्योंकि हुण आपां सीधा घरे पहुंच जांगे। घरे जाके फिर मैं अपने काम कार ते निकल जूंगा, तो उधरों गुरमन भी आ जूगा, तो इसलिए हुण आपां इत्थे एंड करते हैं ब्लॉग नूं। तो मेरा चैनल जरूर सबसक्राइब कर लियो जिन्हें नहीं किया अजे तक। अगे अगे वधिया वधिया ब्लॉग होर लैके आऊँगा। हुण गुरमन का बर्थडे आ 2 अप्रैल नूं, ते उहदा ब्लॉग भी लैके आना, उस तो पहला भी ब्लॉग लैके आऊँगा एक अद्धा होर, ते बस यही है। चलो जी मिलते हैं फिर अगले ब्लॉग दे विच, उदों तक सानू दिओ इजाजत, साडे दोनों वल्लों तुहानू सारयां नूं प्यार भरी सत श्री अकाल।